ਲੀਡਰ ਪੰਜਾਬ ਦੀ ਟੀਮ 'ਚ ਪਹੁੰਚੀ ਗਿਆ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਧਮਰਾਈ, ਤੁਸੀਂ ਦੇਖਦੇ ਧਮਰਾਈ ਦੇ ਜਿਹੜਾ ਪੁਰਾਣਾ ਪੁਲ ਬਣਿਆ ਸੀ ਇਹਦਾ ਜਿਹੜਾ ਇੱਕ ਸਾਈਡ ਉਹ ਰੁੜ ਗਈ ਆ, ਰੁੜਨ ਤੋਂ ਬਾਅਦ ਜਿਹੜਾ ਪੁਲ ਸੀ ਇਹ ਬਿਲਕੁਲ ਬੰਦ ਕਰਤਾ ਗਿਆ, ਔਰ ਇਸ ਇਲਾਕੇ ਦੇ ਲੋਕ ਜਿਹੜੇ ਇਸ ਚੀਜ਼ ਨੂੰ ਲੈ ਕੇ ਕਾਫੀ ਡਰੇ ਹੋਏ ਨੇ, ਕਿਉਂਕਿ ਇਹ ਕੋਈ ਵੱਡਾ ਹਾਦਸਾ ਹੋ ਸਕਦਾ ਸੀ, ਕਿਉਂਕਿ PWD ਵਿਭਾਗ ਨੇ ਇੱਕ ਨਵਾਂ ਪੁਲ ਬਣਾਇਆ ਸੀ ਔਰ ਉਹ ਪੁਲ ਚਾਲੂ ਨਹੀਂ ਕੀਤਾ, ਔਰ ਇਹ ਜਿਹੜਾ ਪੁਰਾਣਾ ਪੁਲ ਜਿਹੜਾ ਅੰਗਰੇਜ਼ਾਂ ਦਾ ਟਾਈਮ ਦਾ ਬਣਿਆ ਸੀ ਔਰ ਇਹੀ ਪੁਲ ਚਾਲੂ ਕਰ ਚੱਲ ਰਿਹਾ ਸੀ, ਔਰ ਇਹ ਪੁਲ 'ਤੇ ਚੱਲਣ ਕਰਕੇ ਵੱਡੀ ਆਵਾਜਾਈ, ਕਿਉਂਕਿ ਇੱਥੇ ਟਰੱਕ ਵਗੈਰਾ ਆਉਂਦੇ, ਟਿੱਪਰਾਂ ਵਗੈਰਾ ਆਉਂਦੀਆਂ ਨੇ, ਔਰ ਇਹ ਪੁਲ ਜਿਹੜਾ ਉਹਦਾ ਕਿਨਾਰਾ ਬਹਿ ਗਿਆ, ਔਰ ਤੁਸੀਂ ਦੇਖ ਸਕਦੇ ਵੀ ਇੱਥੇ ਮੌਕੇ ਦੇ ਮੌਜੂਦਾ ਪਿੰਡ ਦੇ ਸਰਪੰਚ ਬੁੱਧੂ ਨਾਲ ਗੱਲਬਾਤ ਕਰਾਂਗੇ ਵੀ ਸਰ ਇਹ ਜਿਹੜਾ ਪੁਲ ਬਣਿਆ ਨਵਾਂ ਉਹ ਪੁਲ ਕਿਉਂ ਨਹੀਂ ਚੱਲਿਆ, ਕੀ ਕਾਰਨ ਸੀ ਅਤੇ ਇਹ ਹੁਣ ਕੀ ਘਟਨਾ ਸਾਰੀ ਹੋਈ ਹੈ? ਸਰ ਇਹ ਜਿਹੜਾ ਪੁਲ ਬਣਿਆ ਪਿਆ ਇਹ ਪਹਿਲੇ ਅੱਜ ਤੋਂ 8-9 ਮਹੀਨੇ ਪਹਿਲੇ ਚਾਲੂ ਕੀਤਾ ਗਿਆ ਸੀ, ਸਿਰਫ ਇੱਕ ਮਹੀਨਾ ਜਦੋਂ ਇੱਥੋਂ ਟ੍ਰੈਫਿਕ ਗੁਜ਼ਰੀ ਹੈ ਅਤੇ ਇਹਦੇ ਵਿੱਚ ਕਰੈਕ ਆ ਗਈ, ਇਹ ਕਰੈਕ ਆਉਣ ਤੋਂ ਬਾਅਦ ਇਹਨੇ ਕਵਰ ਕਰ ਲਈ ਕਰੈਕ, ਪਰ ਪੁਲ ਫਿਰ ਵੀ ਇਹ ਲਗਭਗ ਜਨਵਰੀ ਮਹੀਨੇ ਤੋਂ ਬੰਦ ਪਿਆ ਸੀ। ਆਪਾਂ ਵਾਰ ਵਾਰ ਜਦੋਂ PWD ਅਧਿਕਾਰੀਆਂ ਨਾਲ SDO ਸਾਹਿਬ ਨਾਲ ਗੱਲ ਕਰਦੇ ਵੀ ਇਸ ਹੈਵੀ ਪੁਲ ਆ ਉੱਥੋਂ ਟ੍ਰੈਫਿਕ ਵੀ ਇੱਥੋਂ ਹੈਵੀ ਆ ਰਹੀ ਹੈ, ਉਹਨੂੰ ਚਾਲੂ ਕੀਤਾ ਜਾਏ, ਇਹ ਜਿਹੜਾ ਪੁਰਾਣਾ ਪੁਲ ਹੈ ਇੱਥੋਂ ਟ੍ਰੈਫਿਕ ਇੰਨੀ ਨਹੀਂ ਲੰਘਦੀ ਕਿਉਂਕਿ ਹੈਵੀ ਲੋਡ ਆਉਂਦਾ ਕਿ ਕ੍ਰੈਸ਼ਰ ਏ ਵਗੈਰਾ ਕਾਫੀ ਹੈਵੀ, 400-500 500 ਕੁਇੰਟਲ ਜਿਹੜਾ ਲੋਡ ਲੈ ਕੇ ਆਉਂਦੇ ਆ, ਅਤੇ ਆਪਾਂ ਪਹਿਲੇ ਵੀ ਬੇਨਤੀਆਂ ਕੀਤੀਆਂ ਸੀ, ਇੱਕ ਤਾਂ ਉਹ ਪੁਲ ਅਧੂਰਾ ਸੀ ਅਜੇ ਤੱਕ, ਉਹਦੀਆਂ ਅਪਰੋਚਾਂ ਵੀ ਜਿਹੜੀਆਂ ਸਾਈਡਾਂ ਤੋਂ ਨਹੀਂ ਬੰਨੀਆਂ ਗਈਆਂ, ਤੁਸੀਂ ਉੱਥੇ ਕੈਮਰੇ 'ਚ ਆਪਣਾ ਸ਼ਾਟ ਵੀ ਲੈ ਕੇ ਸਕਦੇ ਹੋ ਵੀ ਦੇਖੋ ਵੀ ਕੀ ਹਾਲਾਤ, ਉੱਥੇ ਪਹਿਲੇ ਵੀ 2-3 ਵਾਰੀ ਟਰਾਲੀਆਂ ਜਿਹੜੀਆਂ ਉਹ ਥੱਲੇ ਗਿਰ ਚੁੱਕੀਆਂ। ਉਹਨਾਂ ਨੂੰ ਜਦੋਂ ਬੇਨਤੀ ਕਰਦੇ ਮਹਿਕਮਾ ਇੰਨਾ ਸੁਸਤ ਹੋਇਆ ਪਿਆ ਵੀ ਉਹਨਾਂ ਦੀਆਂ ਪਤਾ ਨਹੀਂ ਕਿਉਂ ਨਹੀਂ ਅੱਖਾਂ ਖੁੱਲ੍ਹ ਰਹੀਆਂ ਸੀ, ਅਤੇ ਰਾਤ ਨੂੰ ਵੀ ਕੱਲ੍ਹ ਜਦੋਂ ਇੱਥੇ ਪਾੜ ਪਿਆ ਉਹਨਾਂ ਨੂੰ ਬੇਨਤੀ ਕੀਤੀ ਵੀ ਜਿਹੜਾ ਇਹ ਪੁਲ ਹੈ ਖੋਲ੍ਹਣਾ ਪੈਣਾ, ਨਹੀਂ ਤਾਂ ਇਸ ਪੁਲ ਤੋਂ ਕੋਈ ਹਾਦਸਾ ਹੋ ਸਕਦਾ। ਜਦੋਂ ਉਹਨਾਂ ਨੂੰ ਕੱਲ੍ਹ ਸਵੇਰ 12 ਵਜੇ ਕਨੈਕਟ ਕੀਤਾ ਗਿਆ, ਉਹਨਾਂ ਨੂੰ ਸਾਰੀ ਵੀਡੀਓਗ੍ਰਾਫੀ ਕਰਕੇ ਭੇਜ ਦਿੱਤੀ, ਮੈਂ SDO ਸਾਹਿਬ ਨੂੰ ਵਟਸਐਪ 'ਤੇ ਪਾ ਦਿੱਤੀ ਹੈ ਵੀ ਆਹ ਹਾਲਾਤ, ਇੱਥੇ ਪੁਲ ਨੂੰ ਖੁਲਵਾਓ। ਪਰ ਜਦੋਂ ਸ਼ਾਮ ਨੂੰ ਮੈਂ ਵਾਪਸ 6 ਵਜੇ ਫਿਰ ਆਇਆ ਪਰ ਉਹ ਪੁਲ ਨਹੀਂ ਖੋਲ੍ਹਿਆ ਗਿਆ, ਫਿਰ ਉਹਨਾਂ ਨੂੰ ਬੇਨਤੀ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਵੀ ਸਾਨੂੰ ਹੈਡਰਾ ਪ੍ਰੋਵਾਈਡ ਨਹੀਂ ਹੋ ਰਿਹਾ। ਪਤਾ ਨਹੀਂ ਕਿਉਂ ਮਹਿਕਮੇ ਨੂੰ ਇੱਕ ਦੇਖੋ ਵੀ ਇੰਨਾ ਹਾਦਸਾ ਹੋਣ ਦਾ ਖਤਰਾ ਹੈ, ਫਿਰ ਵੀ ਹੈਡਰਾ ਉਹਨਾਂ ਨੂੰ ਪ੍ਰੋਵਾਈਡ ਨਹੀਂ ਹੋ ਰਿਹਾ। ਆਪਾਂ ਉਸ ਟਾਈਮ ਫਿਰ JCB ਮੰਗਾ ਕੇ ਉਹਨੂੰ ਖੁਲਵਾ ਦਿੱਤਾ ਗਿਆ, ਖੁਲਵਾ ਕੇ ਟ੍ਰੈਫਿਕ ਉੱਧਰ ਡੈਬਿਟ ਕਰਤੀ ਹੈ ਇਸ ਪੁਲ ਨੂੰ, ਚਲੋ ਪਾਣੀ ਨਹਿਰ 'ਚ ਘਟਰਾਉਣ ਕਰਕੇ ਜਿਹੜਾ ਇਹ ਜਿਹੜਾ ਹਾਦਸਾ ਜਿਹੜਾ ਬਚਣ ਤੋਂ ਕਾਫੀ ਨੁਕਸਾਨ ਬਚਾਅ ਹੋ ਗਿਆ। ਇਹ ਇਹੋ ਜ਼ਿੰਮੇਵਾਰ ਤੁਸੀਂ PWD ਭਾਗ ਸਮਝਦੇ ਹੋ? ਬਿਲਕੁਲ ਸਰ, ਇਹ PWD ਵਿਭਾਗ ਹੀ ਹੈ ਜਿਹੜਾ ਇੰਨਾ ਸੁਸਤ ਹੋਇਆ ਪਿਆ ਵੀ ਬਿਲਕੁਲ ਇਸ ਪੁਲ ਦੇ ਸੰਬੰਧ ਵਿੱਚ ਪਤਾ ਨਹੀਂ ਕਿੰਨੀਆਂ ਕੁ ਬੇਨਤੀਆਂ ਕਰ ਚੁੱਕੇ ਆਪਾਂ, ਪਰ ਉਹਨਾਂ ਦੀ ਅੱਖਾਂ ਨਹੀਂ ਖੁੱਲ੍ਹ ਰਹੀਆਂ। ਸਾਡਾ ਕੋਈ ਪਿੰਡ ਦੇ ਲੋਕ ਹੋਰ ਮੌਜੂਦ ਨੇ ਭਾਅ ਜੀ, ਗੱਲਬਾਤ ਕਰਾਂਗੇ ਜਿਹੜਾ ਪੁਲ ਕੀ ਦਿੱਕਤ ਆਈ? ਜੀ ਇਹ ਜਿਹੜਾ ਪੁਲ ਨਾ ਇਹ ਅੱਜ ਤੋਂ ਸਰਪੰਚ ਸਾਹਿਬ ਨੇ ਖੁਦ ਦੱਸਿਆ ਵੀ ਇਹ ਅੱਜ ਤੋਂ 9 ਮਹੀਨੇ ਪਹਿਲੇ ਸਟਾਰਟ ਹੋਇਆ ਸੀ, ਇਹ ਟੋਟਲ ਅਗਰ 15-20 ਦਿਨ ਟ੍ਰੈਫਿਕ ਚੱਲੀ ਉਹਦੇ ਬਾਅਦ ਇਹ ਪੁਲ ਜਿਹੜਾ ਅੱਧਾ ਡੈਮੇਜ ਹੋ ਗਿਆ। ਫਿਰ ਇਹ ਮਹਿਕਮੇ ਨੇ ਇੱਥੇ ਇਹਨੂੰ 2-4 ਮਹੀਨੇ ਅੰਦਰ ਰਿਪੇਅਰ ਕੀਤਾ, ਲੇਕਿਨ ਇੱਥੇ ਕੰਮ ਅਜੇ ਵੀ ਤਾਂ ਕੰਪਲੀਟ ਨਹੀਂ, ਅਜੇ ਵੀ ਤਾਂ ਕੰਮ ਚੱਲ ਰਿਹਾ, ਕਿਉਂਕਿ ਹੈਵੀ ਟ੍ਰੈਫਿਕ ਹੋਣ ਦੇ ਕਾਰਨ ਇਹ ਪੁਲ ਜਿਹੜਾ ਲੋਡ ਨਹੀਂ ਲੈ ਸਕਿਆ, ਜਦਕਿ ਇਹ ਅੱਜ ਤੋਂ 50 ਸਾਲ ਪੁਰਾਣਾ ਪੁਲ ਜੇ ਇੱਥੋਂ ਉਹ ਲੋਡ ਡਾਈਵਰਟ ਕਰਕੇ ਇੱਧਰ ਨੂੰ ਕਰਦੇ ਪਏ ਸੀ, ਲੇਕਿਨ ਇਹ ਪੁਲ ਜਿਹੜਾ ਇਸ ਲੋਡ ਨੂੰ ਨਹੀਂ ਚੱਲ ਸਕਿਆ, ਇਸ ਕਰਕੇ ਇਹਦੇ 'ਤੇ ਅਜੇ ਵੀ ਕੰਮ ਅਜੇ ਵੀ ਚੱਲ ਰਿਹਾ ਇੱਥੇ ਕੰਮ। ਅਤੇ ਹੁਣ ਇਹ ਐਮਰਜੈਂਸੀ ਸਰਪੰਚ ਸਾਹਿਬ ਨੇ ਇਹਨਾਂ ਨੂੰ ਖੁਲਾ ਦਿੱਤਾ ਇਹ ਪੁਲ ਨੂੰ, ਇਹ ਅਗਰ ਤੁਸੀਂ ਦੇਖਿਆ ਜਾਏ ਤਾਂ ਇਸ ਰੋਡ 'ਤੇ ਜਿੰਨੀਆਂ ਵੀ ਪੁਲੀਆਂ ਬਣੀਆਂ ਨੇ ਨਾ ਉਹਦੀ ਇੰਨੀ ਕੁ ਖਸਤਾ ਹਾਲਤ ਕਿ ਹਰ ਇੱਕ ਪੁਲ ਜਿਹੜੀ ਉਹ ਬਹਿ ਚੁੱਕੀ ਆ, ਉਹਦੀ ਦੁਬਾਰਾ ਦੂਸਰੀ ਵਾਰੀ ਉਹ ਬਣ ਰਹੀ ਹੈ ਪੁਲੀ, ਲੇਕਿਨ ਉਹ ਕਾਮਯਾਬ ਅਜੇ ਵੀ ਨਹੀਂ ਹੈ। ਅਤੇ ਪੁਲ 'ਤੇ ਕਾਮਯਾਬ ਹੋਣਾ ਬੜੀ ਦੂਰ ਦੀ ਗੱਲ ਹੈ, ਕਿਉਂਕਿ ਇੱਥੇ ਹੈਵੀ ਟ੍ਰੈਫਿਕ ਹੋਣ ਦੇ ਕਾਰਨ ਪੁਲ ਨੂੰ ਲੋਡ ਲੈਣਾ ਬਹੁਤ ਜ਼ਰੂਰੀ ਸੀ ਉਸ ਹਿਸਾਬ ਨਾਲ, ਹੁਣ ਇਹ ਤਾਂ ਉਹੀ ਮਹਿਕਮਾ ਜਾਣ ਦੇਣਾ ਕੰਮ ਕਿਉਂ ਨਹੀਂ ਕੀਤਾ ਉਸ ਹਿਸਾਬ ਨਾਲ, ਜਦਕਿ 50 ਸਾਲ ਪੁਰਾਣਾ ਪੁਲ ਜਿਹੜਾ ਇਹ ਪੂਰਾ ਲੋਡ ਲੈ ਰਿਹਾ, ਇਹ ਪੁਲ ਨਹੀਂ ਲੈ ਰਿਹਾ ਅੱਜ ਵੀ, ਅਤੇ ਇਹ ਮਹਿਕਮੇ ਨੂੰ ਕੰਮ ਹੈ ਵੇਖ ਰਿਹਾ ਇਸ ਕੰਮ ਨੂੰ। ਤੁਸੀਂ ਦੱਸੋ ਵੀ ਪਿੰਡ ਦੇ ਲੋਕ ਨੇ ਜਿਹਨਾਂ ਦਾ ਕਹਿਣਾ ਜੀ ਜਿਹੜਾ ਡਿਪਾਰਟਮੈਂਟ ਦਾ ਜ਼ਿੰਮੇਵਾਰ ਆ ਸੀ ਉਹ ਜਿਹੜਾ PWD ਭਾਗ ਆ ਉਹਨੇ ਪੁਲ ਜਿਹੜਾ ਪੁਰਾਣੇ ਪੁਲ ਤੋਂ ਟ੍ਰੈਫਿਕ ਚਲਾਈ ਉਹ ਨਵੇਂ ਪੁਲ ਨੂੰ ਰੋਕਿਆ ਹੋਇਆ ਸੀ, ਸਾਡੇ ਇੱਥੇ ਨਹਿਰੀ ਭਾਗ ਦੇ ਸੀ ਉਹ ਸਭ ਮੌਜੂਦ, ਉਹਨਾਂ ਨਾਲ ਗੱਲਬਾਤ ਹੀ ਕਰਾਂਗੇ, ਉਹਨਾਂ ਨੂੰ ਪੁੱਛਾਂਗੇ ਵੀ ਕੰਮ ਦਾ ਕੀ ਪੋਜੀਸ਼ਨ ਆ ਅਤੇ ਕੀ ਚਾਲੂ ਕੰਮ ਕਰਤਾ ਗਿਆ ਚਲਾਈ ਹੈ। ਪ੍ਰੋਬਲਮ ਰਾਤੀ ਬਰਸਾਤੀ ਸੀਜ਼ਨ ਪਲੱਸ ਫੁੱਲ ਸਪਲਾਈ ਨਹਿਰ ਚੱਲਣ ਨਾਲ
ਲੈਫਟ ਸਾਈਡ ਬੈਂਕ 1 ਲੱਖ ਬੁਰਜੀ 'ਤੇ ਥੋੜ੍ਹੀ ਜਿਹੀ ਸਕਾਵਟ ਹੋਈ ਆ, ਉਹ ਥੱਲਿਓਂ ਦੀ ਪਾਣੀ ਕੋਈ ਵਿੰਗ ਵਾਲ ਤੋਂ ਗਿਆ ਵਾ, ਉਹ ਰਾਤੀਂ ਪਤਾ ਲੱਗ ਗਿਆ। ਰਾਤੀਂ ਆਪਾਂ ਆ ਗਏ ਹਾਂ ਮੈਂ ਅਤੇ ਮੇਰੇ ਜਈ, ਅਤੇ ਇੱਥੇ 3-4 ਬੰਦੇ ਵੀ ਲਾ ਦਿੱਤੇ ਆਪਾਂ ਪੈਟਰੋਲਿੰਗ ਲਈ। ਕੋਈ ਡਰਨ ਵਾਲੀ ਗੱਲ ਨਹੀਂ ਹੈ, ਸਵੇਰੇ ਠੇਕੇਦਾਰ ਨੂੰ ਵੀ ਹਿਦਾਇਤ ਕਰਤੀ ਹੈ ਕਿ ਪੱਥਰ ਦੇ ਕ੍ਰੇਟ ਲਾ ਕੇ ਅਤੇ ਇਹਨੂੰ ਪੂਰਾ ਪਲੱਗ ਕਰ ਦਿੱਤਾ ਜਾਏ। ਕੀ ਕਾਰਨ ਆ ਪੁੱਲ ਚਾਲੂ, ਪੁਰਾਣਾ ਪੁੱਲ ਚੱਲਣ ਕਰਕੇ ਨਵਾਂ ਪੁੱਲ ਨਹੀਂ ਚੱਲਿਆ, ਕੀ ਕਾਰਨ ਸੀ? ਨਵਾਂ ਪੁੱਲ ਜਿਹੜਾ B&R ਦੇ ਐਂਡ ਵੱਲੋਂ ਆ, ਉਹ ਉਹਨਾਂ ਨੇ ਕੋਈ ਟੈਕਨੀਕਲ ਰੀਜ਼ਨ ਹੋਏਗਾ ਜਿਹੜਾ ਨਹੀਂ ਚਲਾਇਆ। ਬਾਕੀ ਫਿਲਹਾਲ ਪਰਸੋਂ ਚੌਥ ਦਾ ਉਹ ਚੱਲ ਰਿਹਾ ਵਾ, ਤੁਸੀਂ ਵੇਖ ਰਹੇ ਹੋ ਅਪਸਟ੍ਰੀਮ 'ਤੇ ਜਿਹੜੀ ਟ੍ਰੈਫਿਕ ਆ ਉਹ ਕੋਈ ਨਿਵਗਨ ਚੱਲ ਰਹੀ ਆ, ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਰਹੀ। ਅਸੀਂ ਸਰਪੰਚ ਸਾਹਿਬ ਦਾ ਕਹਿਣਾ ਵੀ ਐਸ ਟੀ ਓ ਸਾਹਿਬ ਮੌਕੇ ਦੇ PWD ਵਾਲੇ ਆਏ ਨਹੀਂ ਤਾਂ ਅਸੀਂ ਕਿਹਾ ਤੁਸੀਂ ਆ ਗਏ। ਆਪਾਂ ਤਾਂ ਕੱਲ੍ਹ ਰਾਤ ਦੇ ਇੱਥੇ, ਹੁਣ ਉਹ B&R ਵਾਲਿਆਂ ਦਾ ਤਾਂ ਕੋਈ ਪੁੱਲ ਦੇ ਨਾਲ ਹੀ ਰਿਲੇਟਡ ਆ, ਉਹ ਮੈਨੂੰ ਪਤਾ ਨਹੀਂ ਆਏ ਆ ਕਿ ਨਹੀਂ ਆਏ। ਬਾਕੀ ਆਪਾਂ ਆਪਣਾ ਇਰੀਗੇਸ਼ਨ ਡਿਪਾਰਟਮੈਂਟ ਵੱਲੋਂ ਆ ਗਏ ਹਾਂ ਅਤੇ ਕੰਮ ਜਿਹੜਾ ਵਾ ਜੰਗੀ ਪੱਧਰ 'ਤੇ ਸਟਾਰਟ ਕਰਤਾ।